ਬਾਜੀ ਮੈਨੂੰ ਤਾਂ ਲੱਗਦਾ ਸਾਰੀ ਆਵਾਮ ਹੀ ਕ੍ਰੈਬ ਗ੍ਰਾਸ ਆ ਗਈ ਹੈ। ਵੇਖ ਕਿਵੇਂ ਫਾਈਟ ਲੈਂਦੇ ਪਏ ਨੇ। ਇਧਰੋਂ ਮੇਰਾ ਬਿੱਲੀ ਜਿਹੜਾ ਹੈ ਨੌਕ ਹੁੰਦਾ ਹੈ, ਇਹਨੂੰ ਮੈਂ ਸ਼ੀਟ ਬੰਨ ਕੇ ਇਹਨੂੰ ਮੈਂ ਦਿੰਦਾ ਰਿਵਾਈਵ। ਮੈਂ ਇਹਨੂੰ ਕਹਿੰਦਾ ਵਾ ਕਿ ਇਹਦੇ ਕੋਲ ਹੁੰਦੀ ਜੇ ਸਨਾਈਪਰ ਤਾਂ ਮੈਂ ਇਹਨੂੰ ਆਹਨਾ ਕਿ ਸਨਾਈਪਰ ਛੱਡ ਇੱਥੇ, ਮੈਂ ਉਹਨੂੰ ਸਨਾਈਪ ਕਰਾਂ। ਪੱਥਰ ਦੇ ਪਿੱਛੇ ਲੁਕੀ ਬੈਠਾ ਹੈ, ਉਹਨੂੰ ਮੈਂ ਜਨਾਬ ਬੜਾ ਆਖਿਆ ਹੈ, ਖੈਰ ਉਹ ਨਹੀਂ ਮੰਨਦਾ। ਫਿਰ ਬਾਅਦ ਵਿੱਚ ਉਹਨੂੰ ਦੂਜਾ ਟੀਮਮੇਟ ਵੀ ਆਉਂਦਾ, ਉਹ ਕਹਿੰਦਾ ਦੇ ਦੇ ਉਹਨੂੰ ਸਨਾਈਪਰ, ਸਨਾਈਪਰ ਮਾਸਟਰ ਹੀ ਜਲਾਲ। ਉਹ ਸਨੈਪ ਸੱਟਦਾ ਹੈ, ਇੱਧਰੋਂ ਮੈਂ ਜਨਾਬ ਉਹਦੀ ਸਨੈਪਰ ਚੱਕਣਾ, ਉੱਧਰੋਂ ਦੂਜਾ ਵੀ ਸਾਡਾ ਜਿਹੜਾ ਪੁੜਕ ਜਾਂਦਾ ਹੈ, ਇੱਧਰੋਂ ਸਨੈਪ ਸਿੱਟੇਗਾ। ਹੁਣ ਸਨੈਪ ਚੱਕ ਲਈ ਹੈ ਤਾਂ ਮੈਂ ਉਹਨੂੰ ਆਉਂਦਾ ਕਿ ਇਹਨੂੰ ਰਿਵਾਈਵ ਕਰ, ਤਾਂ ਮੈਂ ਜਿਹੜਾ ਇਹਦਾ ਸਿਰ ਲੈ ਕੇ ਆਉਂਦਾ। ਮੈਂ ਜਾਂਦਾ ਇੱਧਰ ਪਿਛਲੀ ਸੀਟ 'ਤੇ, ਇੱਥੋਂ ਮੈਂ ਜਨਾਬ ਇਹਨੂੰ ਕਰਨਾ 4-6 X ਨਾਲ ਸਨੈਪ। ਚੱਲ ਵੀ ਨਿਕਲ ਬਾਹਰ, ਆ ਗਈ ਇੱਕ ਗੋਲੀ, ਬਚ ਗਿਆ ਨਾ ਕਾਕੇ, ਹੁਣ ਨਾ ਬੱਚਿਆ ਤੂੰ। ਲੈ ਵੀ ਇੱਧਰੋਂ ਉਹ ਹੋ ਗਿਆ ਜੇ ਢਿੱਲਾ, ਮੈਂ ਇਹਨੂੰ ਆਉਂਦਾ ਕਿ ਇਹਨੂੰ ਯਾਰ ਇਹਨੂੰ ਇੱਥੇ ਫਿਨਿਸ਼ ਕਰਦੇ ਆ, ਨਹੀਂ ਤੇ ਰਿਵਾਈਵ ਹੋ ਗਿਆ ਤੇਰੇ ਕੋਲ ਐ ਸਨੈਪਰ, ਇਹਨੇ ਫਿਰ ਇੱਕ ਤੇ ਰਾਹ ਲੈ ਜਾਣਾ। ਮੈਂ ਪਿੱਛੇ ਹਟਣਾ, ਇਹਨੂੰ ਕਰਨਾ ਮੈਂ ਇੱਥੇ ਪੂਰਾ। ਇਹ ਇੱਕ ਗੋਲੀ ਬਚ ਗਿਆ, ਇੱਕ ਹੋਰ ਚੱਲ ਲੈ, ਇੱਥੇ ਦੂਜੀ ਗੋਲੀ ਗਈ ਹੈ ਜਨਾਬ, ਇਹਨੂੰ ਜਨਾਬ ਪੂਰਾ ਕਰਕੇ ਇੱਧਰ ਆਉਂਦੇ ਹਾਂ, ਲੁੱਟ ਕਰਦੇ ਹਾਂ। ਇੱਧਰੋਂ ਫਿਰ ਬੰਦਾ ਆ ਗਿਆ, ਇਹ ਵੀ ਗਿਆ। ਮੇਰੇ ਦੋਸਤ ਕਹਿੰਦੇ ਨੇ ਕਿ ਪਿੱਛੇ ਬੰਦੇ ਨੇ, ਮੈਂ ਇੱਥੋਂ ਜਨਾਬ ਥੋੜ੍ਹੀ ਖਰੀਦ ਕਰਕੇ ਉੱਪਰ ਆਉਂਦਾ, ਤਾਂ ਅੱਗੇ ਵੀ ਇਹਨਾਂ ਦਾ ਜਨਾਬ ਇੱਕ ਐਨਮੀ ਦੀ ਗੱਡੀ ਆ ਗਈ ਹੈ, ਉਹਨੂੰ ਜਨਾਬ ਫਾਈਟ ਦਿੰਦੇ ਆ। ਦੋ ਬੰਦੇ ਹੁੰਦੇ ਨੇ, ਇੱਕ ਤਾਂ ਮਾਰਿਆ ਗਿਆ ਲੈ, ਇੱਕ ਮੈਂ ਇੱਥੇ ਪੂਰਾ ਕਰ ਦਿੱਤਾ ਜੇ ਫੋਨ ਨਾਲ। ਇੱਧਰੋਂ ਕਹਿੰਦੇ ਇੱਕ ਇੱਧਰੋਂ ਫਾਈਟ ਦੇ ਰਹੇ ਵੀ ਗਿਆ। ਚਲੋ ਜੀ, ਇੱਕ ਜਨਾਬ ਇੱਧਰੋਂ ਫਾਰਗ ਹੁੰਦੇ ਆ, ਤਾਂ ਮੈਂ ਜਨਾਬ ਉਹਨੂੰ ਸਨੈਪ ਕਰਨਾ, ਮੈਂ ਕਹਿੰਦਾ ਇਹਨੂੰ ਪੂਰਾ ਕਰਾਂ। ਮਾਰਿਆ ਇੱਕ ਫਾਇਰ ਨਹੀਂ ਲੱਗਾ, ਲੇਕਿਨ ਮੇਰੇ ਬੇਲੀਆਂ ਪੂਰਾ ਕਰ ਛੱਡਿਆ। ਇੱਧਰੋਂ ਮੈਂ ਪਿੱਛੇ ਜ਼ਰਾ ਤੱਕਣਾ ਤਾਂ ਪਿੱਛੇ ਜਨਾਬ ਇੱਕ ਬੋਟ ਲੱਗਾ ਹੁੰਦਾ। ਅੱਜ ਕੱਲ੍ਹ ਤਾਂ ਭਾਈ ਬੋਟ ਵੀ ਜਿਹੜਾ ਬੰਦੇ ਨੂੰ ਲਾ ਜਾਂਦੇ ਨੇ, ਕੋਈ ਨਹੀਂ ਉਹ ਛੱਡਦੇ। ਇੱਕ ਦੋ ਫਿਰ ਬਚ ਗਿਆ, ਮੇਰੇ ਫਿਰ ਜ਼ਿੱਦ ਬਣ ਜਾਂਦੀ ਹੈ। ਮੈਂ ਕਹਿੰਦਾ ਕਿ ਲੈ ਵੀ ਇਹਨੂੰ ਕਰਨਾ ਹੈ ਤਾਂ ਸਨੈਪ ਹੀ ਕਰਨਾ ਹੈ, M4 ਦੀ ਗੋਲੀ ਨਹੀਂ ਜ਼ਾਇਆ ਕਰਨੀ। ਇੱਕ ਬਚ ਗਿਆ, ਹੁਣ ਚਲੋ ਕਰੇ, ਬਸ ਇੰਨਾ ਕੁਝ ਹੁੰਦਾ, ਇੰਨਾ ਕੁਝ ਛੱਡਣਾ ਹੁੰਦਾ। ਇੱਥੋਂ ਜਨਾਬ ਮੈਂ ਇੱਕ ਫ੍ਰੀ ਫਾਇਰ ਦਿੰਦਾ ਗੱਡੀ ਤਿਆਰ ਨੂੰ, ਬਹਿ ਜਾਂਦਾ ਮੈਂ ਜਨਾਬ ਲਸਣਾ ਉੱਤੋਂ ਥੱਲੇ। ਮੈਂ ਕਹਿੰਦਾ ਚੱਲ ਵੀ ਬੰਦੇ ਅੱਗੇ ਵੇਖ, ਅੱਗੇ ਕੋਈ ਫਾਈਟ ਲਈ ਹੈ ਭਾਈ। ਅੱਗੇ ਜਾਂਦੇ ਆ ਰਿਕਾਲ ਸੈਂਟਰ ਵਾਲੀ ਸਾਈਡ ਤੇ। ਰਿਕਾਲ ਸੈਂਟਰ ਤੇ ਭਾਈ ਕੀ ਵੇਨੇ ਆ, ਭਾਈ ਦੋ ਬੰਦੇ ਲੱਗੇ ਫਿਰਨੇ ਨੇ ਪੂਰੇ, ਕੋਈ ਬੋਰਡ ਸ਼ੋਰ ਨਹੀਂ। ਲੈ ਵੀ ਇੱਥੋਂ ਫਾਈਟ ਦਿੰਦੇ ਆ, ਬਚ ਜਾਂਦੇ ਨੇ, ਸ਼ੀਲਡਾ ਖੋਲ ਕੇ ਅੱਗੇ। ਤਾਂ ਮੈਂ ਜਨਾਬ ਇੱਥੋਂ ਕਰਨਾ ਵਾ 3 ਨੇੜ, ਇੱਕ ਹੋਰ ਇੱਥੇ ਹੀ, ਦੋ ਇੱਕ ਇੱਥੇ ਸਿੱਟ। ਚੱਲ ਵੀ 3, ਉਧਰੋਂ ਉਹਨੇ ਮੇਰੇ ਬਿੱਲ ਨੂੰ ਲੰਬਾ ਪਾ ਦਿੱਤਾ ਜੇ ਸਕਾਰਲ ਨਾਲ। ਇੱਧਰੋਂ ਜਨਾਬ ਅਸਾਂ ਵੀ ਰਸ਼ ਕਰ ਦਿੰਦੇ ਆ, ਮੈਂ ਕਹਿੰਦਾ ਇਹਦੀ ਸ਼ੀਲਡ ਤੋੜਾਂ, ਇਹਦੀ ਮੈਂ ਸ਼ੀਲਡ ਭੰਨ ਛੱਡਣਾ ਜਨਾਬ ਇੱਥੇ। ਉਹਨੂੰ ਫਾਈਟ ਲੱਗਦੀ ਹੈ, ਲੇਕਿਨ ਫਿਰ ਮੈਂ ਇੱਥੇ ਸ਼ੀਲਡ ਬੰਨੀ ਆਪਣੀ। ਇੱਧਰੋਂ ਜਨਾਬ ਮੈਂ ਜਨਾਬ ਉਹਨੂੰ ਫੇਰ ਫਾਈਟ ਦਿੰਦਾ, ਮੇਰੀ ਹੁੰਦੀ ਹੈ 6 X ਦੀ ਸਕੋਪ, ਤਾਂ ਮੈਂ ਜਨਾਬ ਇੱਧਰ ਮਾਰਿਆ ਜਾਣਾ, ਮੇਰਾ ਬਿੱਲੀ ਲੰਬਾ ਪੈ ਕੇ ਉਹਨੂੰ ਮਾਰ ਛੱਡਣਾ। ਮੇਰਾ ਬਿੱਲੀ ਦਿੰਦਾ ਇੱਥੇ ਮੈਨੂੰ ਰਿਵਾਈਵ, ਮੈਂ ਜਨਾਬ ਰਿਵਾਈਵ ਕਰਕੇ ਇੱਧਰੋਂ ਹੈਲਥ ਕਰਨਾ। ਜਿਵੇਂ ਹੈਲਥ ਕਰਨਾ ਤਾਂ ਮੈਂ ਉਹਨੂੰ ਆਹਨਾ ਕਿ ਤੂੰ ਜਾ ਦੂਜੇ ਬਿੱਲੀ ਨੂੰ ਰਿਵਾਈਵ ਦੇ। ਉਹ ਦੂਜੇ ਬਿੱਲੀ ਵੱਲ ਨੱਸਣਾ, ਇੰਨੇ ਦਿਨ ਨੂੰ ਜਨਾਬ ਦੂਜਾ ਬਿੱਲੀ ਵੀ ਜਿਹੜਾ ਫਰੋਕ ਜਾਂਦਾ ਟੈਮੋ ਟੈਮ ਹੀ ਲਾਹੌਰ ਵਾਸਤੇ। ਉਹਨੂੰ ਕਰਦਾ ਜਨਾਬ ਰਿਕਾਲ, ਰਿਕਾਲ ਸੈਂਟਰ ਜੋ ਨਾਲ ਹੁੰਦਾ, ਮੈਂ ਜੋ ਪਿੱਛੇ ਆਉਂਦਾ ਨਾ ਵੇਹਨਾ ਸਾਹਮਣੇ ਇੱਕ ਦੁਸ਼ਮਣ ਲੱਗਾ ਫਿਰਦਾ। ਚੱਲ ਵੀ ਤੂੰ ਵੀ ਚੱਲ ਕਾਕਾ ਛੁੱਟੀ ਕਰ, ਇਹ ਉੱਗ ਗਿਆ। ਚੱਲ ਇੱਥੇ ਗੇਮ ਹੋ ਗਈ, ਜੇ ਵਿਨ ਕਿੱਧਰ ਗਏ ਨੇ ਮੇਰੇ ਬਿੱਲੀ, ਆ ਜਾਓ ਚੱਕ ਲਓ ਜੇ ਚਿਕਨ ਡਿਨਰ ਆਈ, ਚੱਕੋ ਇੱਥੇ ਚਿਕਨ ਡਿਨਰ। ਉਹ ਜਲਾਲ ਨਾਲ ਲੱਗੇ ਫਿਰਦੇ ਹੋ ਕਾਕੇ, ਟੈਨਸ਼ਨ ਨਹੀਂ ਲੈਣੀ। ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਤਾਂ ਸਬਸਕ੍ਰਾਈਬ ਠੋਕੋ। ਚਲੋ ਜੇ ਮਿਲਣਾ ਤਾਂ ਨਾ ਅਗਲੀ ਵੀਡੀਓ 'ਚ, ਦੱਸਦਾ ਹੀ ਦਿਓ ਇਜਾਜ਼ਤ, ਅੱਲਾ ਹਾਫਿਜ਼।